ਸਤਿ ਸ਼੍ਰੀ ਅਕਾਲ ਦੋਸਤੋ, ਮੈਂ ਦਰਸ਼ਨ ਸਿੰਘ, ਦਰਸ਼ਕ ਵਿਸ਼ੇਸ਼ ਰਿਪੋਰਟ ਲੈ ਕੇ ਹਾਜ਼ਰ ਹਾਂ। ਅੱਜ ਆਪਾਂ ਗੱਲ ਕਰਾਂਗੇ ਜਲੰਧਰ ਜ਼ਿਮਨੀ ਚੋਣ ਦੀ, ਜਿੱਥੇ ਇਸ ਸਮੇਂ ਸਾਰੀਆਂ ਹੀ ਪੰਜਾਬ ਦੀਆਂ ਸਿਆਸੀ ਪਾਰਟੀਆਂ ਸਰਗਰਮ ਨੇ। ਇੱਥੇ ਲੀਡਰਾਂ ਦੇ ਰੰਗ ਵੀ ਹੋਰ ਨੇ, ਢੰਗ ਵੀ ਕੁਛ ਹੋਰ ਬਦਲੇ ਬਦਲੇ ਨਜ਼ਰ ਆ ਰਹੇ ਨੇ। ਲੀਡਰ ਇਸ ਸਮੇਂ ਹਰ ਯਤਨ ਕਰ ਰਹੇ ਨੇ ਕਿ ਕਿਵੇਂ ਨਾ ਕਿਵੇਂ ਇੱਥੋਂ ਦੀ ਚੋਣ ਜਿੱਤੀ ਜਾਵੇ। ਖਾਸ ਤੌਰ 'ਤੇ ਆਮ ਆਦਮੀ ਪਾਰਟੀ ਅਤੇ ਕਾਂਗਰਸ ਦੇ ਲਈ ਇਹ ਵਕਾਰ ਦਾ ਮੁੱਦਾ ਬਣੀ ਹੋਈ ਹੈ। ਭਾਰਤੀ ਜਨਤਾ ਪਾਰਟੀ ਵੀ ਇਹ ਚਾਹ ਰਹੀ ਹੈ ਕਿ ਜੇਕਰ ਪੰਜਾਬ ਦੇ ਵਿੱਚ ਸਥਾਪਿਤ ਹੋਣਾ ਹੈ ਤਾਂ ਇਸ ਦੇ ਲਈ ਇਹ ਜ਼ਰੂਰੀ ਹੈ ਕਿ ਉਹ ਇੱਕ ਦੀ ਚੋਣ ਜਿੱਤੇ, ਨਹੀਂ ਵੀ ਜਿੱਤਦੀ ਤਾਂ ਉਸ ਦੀ ਵੋਟ ਪਰਸੈਂਟੇਜ ਵਧੀ ਜਾਵੇ ਅਤੇ ਉਸ ਦਾ ਆਧਾਰ ਅੱਗੇ ਹੋਰ ਜ਼ਿਆਦਾ ਵਧੇ। ਅਤੇ ਅਕਾਲੀ ਦਲ ਜਿਹੜਾ ਕਿ ਪੰਜਾਬ ਦੇ ਵਿੱਚ ਸੱਤਾ ਹੰਡਾਉਂਦਾ ਰਿਹਾ ਲਗਾਤਾਰ, ਉਹ ਇਸ ਚੋਣ ਦੇ ਵਿੱਚ ਬੇਸ਼ੱਕ ਫਾਡੀ ਚੱਲ ਰਿਹਾ ਪਰ ਉਸ ਦੇ ਲਈ ਵੀ ਕਾਫੀ ਵਕਾਰ ਦਾ ਮੁੱਦਾ ਇਹ ਚੋਣ ਬਣੀ ਹੋਈ ਹੈ। ਉਹਦਾ ਕਾਰਨ ਇਹੀ ਹੈ ਕਿ ਇੱਥੇ ਅਕਾਲੀ ਦਲ ਦੀਆਂ ਦੋ ਧਿਰਾਂ ਸਰਗਰਮ ਨੇ। ਇੱਕ ਪਾਸੇ ਅਕਾਲੀ ਦਲ ਤੋਂ ਬਾਕੀ ਹੋਏ ਲੀਡਰ ਜਿਹੜੇ ਕਿ ਸੁਰਜੀਤ ਕੌਰ ਨੂੰ ਸਮਰਥਨ ਦੇ ਰਹੇ ਨੇ, ਅਤੇ ਦੂਜੇ ਪਾਸੇ ਅਕਾਲੀ ਦਲ ਜਿਹੜਾ ਅਸਲ ਦੇ ਵਿੱਚ ਹੈ ਉਹ ਬਹੁਜਨ ਸਮਾਜ ਪਾਰਟੀ ਨੂੰ ਸਮਰਥਨ ਦੇ ਰਿਹਾ। ਇਸ ਸੰਬੰਧ ਵਿੱਚ ਅਕਾਲੀ ਦਲ ਦੀ ਕੀ ਰਣਨੀਤੀ ਹੈ ਉਸ ਬਾਰੇ ਵੀ ਆਪਾਂ ਜਾਣਕਾਰੀ ਦੇਵਾਂਗੇ ਤਾਂ ਉਸ ਨੂੰ ਜਾਣਨ ਦੀ ਕੋਸ਼ਿਸ਼ ਵੀ ਕਰਾਂਗੇ। ਇਸ ਸੰਬੰਧ ਵਿੱਚ ਅਸੀਂ ਨਿਰਪੱਖ ਟਿੱਪਣੀਕਾਰ, ਪੱਤਰਕਾਰ, ਲੇਖਕ ਗੁਰਮੀਤ ਸਿੰਘ ਪਲਾਹੀ ਦੇ ਨਾਲ ਕੀਤੀ ਹੈ ਗੱਲਬਾਤ। ਉਹਨਾਂ ਨੇ ਦੱਸਿਆ ਹੈ ਕਿ ਜਲੰਧਰ ਦੀ ਚੋਣ ਕਿਉਂ ਮਹੱਤਵਪੂਰਨ ਹੈ ਅਤੇ ਇਸ ਚੋਣ ਨੂੰ ਲੜਨ ਵਾਸਤੇ ਕਿਸ ਤਰੀਕੇ ਦੇ ਨਾਲ ਪਾਰਟੀਆਂ ਵੱਲੋਂ ਰਣਨੀਤੀ ਬਣਾਈ ਗਈ ਹੈ। ਉਹ ਜੋ ਇੰਟਰਵਿਊ ਹੈ, ਦੇਖੋ ਉਹ ਇੰਟਰਵਿਊ। ਪਲਾਹੀ ਸਾਹਿਬ, ਜੋ ਕੁਛ ਕੱਲ ਘਟਨਾਕ੍ਰਮ ਵਾਪਰੇ ਨਾ, ਉਸ ਨੂੰ ਤੁਸੀਂ ਕਿਸ ਤਰੀਕੇ ਨਾਲ ਲੈਂਦੇ ਹੋ? ਦੇਖੋ, ਇਵੇਂ ਲੱਗਦਾ ਕਿ ਆਮ ਆਦਮੀ ਪਾਰਟੀ ਇੱਦਾਂ ਦੀ ਸਥਿਤੀ ਵਿੱਚ ਬਣ ਚੁੱਕੀ ਆ ਵੀ ਸ਼ਾਇਦ ਉਸ 'ਤੇ ਜਲੰਧਰ ਪੱਛਮੀ ਹਲਕਾ ਜਿੱਥੇ ਚੋਣ ਹੋਣੀ ਹੈ ਉਸ ਦੇ ਵਿੱਚ ਪੈਰ ਨਹੀਂ ਉਹਨਾਂ ਦੇ ਲੱਗ ਰਹੇ, ਪਰ ਉਹ ਹਰ ਹੀਲਾ ਵਸੀਲਾ ਵਰਤ ਕੇ ਇਸ ਚੋਣ ਨੂੰ ਜਿੱਤਣ ਦੇ ਰੌਂ ਵਿੱਚ ਨੇ। ਲਗਾਤਾਰ ਮੁੱਖ ਮੰਤਰੀ ਪੰਜਾਬ ਇੱਥੇ ਆਏ ਬੈਠੇ ਨੇ ਜਿੱਥੇ ਉਹਨਾਂ ਨੇ ਜਲੰਧਰ ਦੇ ਵਿੱਚ ਕੋਠੀ ਕਿਰਾਏ 'ਤੇ ਲਈ ਹੋਈ ਹੈ ਅਤੇ ਉਹਨਾਂ ਦੇ ਮਿਸਿਜ ਜਿਹੜੇ ਨੇ ਉਹ 'ਤੇ ਬੈਠਦੇ ਨੇ ਅਤੇ ਆਪ ਉਹ ਫਗਵਾੜਾ ਦੇ ਲਾਗੇ ਕਬਾਨਾ ਹੋਟਲ ਹੈ ਉਸ ਦੇ ਵਿੱਚ ਠਹਿਰਾਓ ਰੱਖ ਕੇ ਵੱਖੋ ਵੱਖਰੇ ਲੋਕਾਂ ਨੂੰ ਇੱਥੋਂ ਮਿਲਦੇ ਨੇ ਅਤੇ ਇਲੈਕਸ਼ਨ ਦੀ ਬਾਗਡੋਰ ਸਹੀ ਮਹੀਨਿਆਂ ਦੇ ਵਿੱਚ ਉਹਨਾਂ ਨੇ ਇਸ ਵੇਲੇ ਸੰਭਾਲੀ ਹੋਈ ਹੈ। ਇਸ ਗੱਲ ਦੇ ਵਿੱਚ ਹੁਣ ਦੋ ਰਾਵਾਂ ਨਹੀਂ ਰਹਿ ਗਈਆਂ ਕਿ ਇਸ ਇਲੈਕਸ਼ਨ ਨੂੰ ਜਿੱਤਣ ਲਈ ਉਹਨਾਂ ਨੇ ਪੁਲਿਸ ਪ੍ਰਸ਼ਾਸਨ ਅਤੇ ਦੂਜੇ ਪ੍ਰਸ਼ਾਸਨ ਨੂੰ ਐਨ ਪੂਰੀ ਤਰ੍ਹਾਂ ਕਿਸੇ ਨਾ ਕਿਸੇ ਢੰਗ ਦੇ ਨਾਲ ਚੁੱਕਿਆ ਪਿਆ। ਇਹੋ ਕਾਰਨ ਹੈ ਕਿ ਬੀਬੀ ਸੁਰਜੀਤ ਕੌਰ ਤੱਕ ਪਹੁੰਚ ਕਰਕੇ ਇਸ ਅਕਾਲੀ ਲੀਡਰ ਨੂੰ, ਜਿਹੜੀ ਕਿ ਹੁਣ ਅਸਲ ਮਹੀਨੇ ਦੇ ਵਿੱਚ ਬਾਗੀ ਅਕਾਲੀਆਂ ਦੇ ਨਾਲ ਜੁੜੀ ਹੋਈ ਉਮੀਦਵਾਰ ਹੈ, ਉਸ ਨੂੰ ਆਪਣੇ ਖੇਮੇ ਦੇ ਵਿੱਚ ਕਰ ਲਿਆ। ਉਹਨਾਂ ਨੂੰ ਕੀ ਲਾਲਚ ਦਿੱਤੇ ਗਏ ਹੋਣੇ ਜਾਂ ਉਹਨਾਂ ਨੂੰ ਕਿਸ ਕਿਸਮ ਦੀਆਂ ਸਹੂਲਤਾਂ ਦੇਣ ਦੀ ਗੱਲ ਕੀਤੀ ਹੋਏਗੀ, ਇਹ ਤਾਂ ਹਾਲੇ ਸਪਸ਼ਟ ਤੌਰ 'ਤੇ ਬਾਹਰ ਨਹੀਂ ਆ ਸਕਿਆ। ਪਰ ਇੱਕ ਗੱਲ ਜਿਹੜੀ ਬੀਬੀ ਸੁਰਜੀਤ ਕੌਰ ਅਤੇ ਉਹਨਾਂ ਦੇ ਪਰਿਵਾਰ ਦੇ ਨਾਲ ਸੰਬੰਧਿਤ ਗੱਲ ਤੁਰਦੀ ਤੁਰਦੀ ਅਗਾਂਹ ਤੁਰੀ ਹੈ ਉਹ ਇਹ ਹੈ
ਕਿ ਅਸਲ ਮਹਿਨਿਆਂ ਦੇ ਵਿੱਚ ਸੁਰਜੀਤ ਕੌਰ ਦੀ ਬਾਂਹ ਜਿਹੜੀ ਹੈ ਮੁੱਖ ਅਕਾਲੀ ਦਲ ਜਿਹੜਾ ਬਾਦਲ ਦਾ ਅਕਾਲੀ ਦਲ ਹੈ ਉਸਨੇ ਤਾਂ ਛੱਡੀ ਛੱਡੀ ਸੀ, ਪਰ ਵਿਰੋਧੀ ਅਕਾਲੀ ਜਿਹੜੇ ਇਹਨਾਂ ਨੂੰ ਪੂਰਾ ਸਮਰਥਨ ਦੇਣ ਦੇ ਰੂਪ ਵਿੱਚ ਸਨ ਉਹਨਾਂ ਵੱਲੋਂ ਫਾਈਨੈਂਸ਼ਲੀ ਉਹਨਾਂ ਦੀ ਕੋਈ ਮਦਦ ਨਹੀਂ ਕੀਤੀ ਜਾ ਰਹੀ ਸੀ, ਅਤੇ ਨਾਲ ਦੀ ਨਾਲ ਇਹ ਵੀ ਗੱਲ ਵੀ ਉਹਨਾਂ ਦੀ ਜਿਹੜੀ ਚੋਣ ਮੁਹਿੰਮ ਹੈ ਉਸ ਨੂੰ ਸਹੀ ਮਹਿਨਿਆਂ ਦੇ ਵਿੱਚ ਅਗਾਂਹ ਤੋਰਨ ਦਾ ਯਤਨ ਨਹੀਂ ਸੀ ਹੋ ਰਿਹਾ। ਇਸ ਗੱਲ ਤੋਂ ਬੀਬੀ ਸੁਰਜੀਤ ਕੌਰ ਅਤੇ ਉਹਨਾਂ ਦਾ ਲੜਕਾ ਬੜੇ ਪਰੇਸ਼ਾਨ ਸਨ। ਕੱਲ੍ਹ ਤੁਸੀਂ ਦੇਖਿਆ ਵੀ ਜਿਸ ਵੇਲੇ ਮੁੱਖ ਮੰਤਰੀ ਪੰਜਾਬ ਦੇ ਨਾਲ ਉਹ ਖੜ੍ਹੇ ਸਨ ਅਤੇ ਉਹ ਸਿਰਫ ਇੱਕ ਉਮੀਦਵਾਰ ਦੇ ਤੌਰ 'ਤੇ ਸਾਹਮਣੇ ਖੜ੍ਹੇ ਦਿਖਾਈ ਦਿੰਦੇ ਸਨ, ਉਹਨਾਂ ਵੱਲੋਂ ਕੁਛ ਵੀ ਸ਼ਬਦ ਜਿਹੜੇ ਬੋਲੇ ਨਹੀਂ ਸੀ ਜਾ ਰਹੇ। ਅਤੇ ਇਸੇ ਕਿਸਮ ਦੀ ਗੱਲ ਜਦੋਂ ਬਾਕੀ ਅਕਾਲੀਆਂ ਦੇ ਉਮੀਦਵਾਰ ਵਜੋਂ ਉਹਨਾਂ ਨੇ ਅਗਾਂਹ ਮੁੜ ਕੇ ਫਿਰ ਸ਼ਾਮਿਲ ਹੋਈ ਹੈ ਜਗੀਰ ਕੌਰ ਔਰ ਬਡਾਲਾ ਸਾਹਿਬ ਜਿਹੜੇ ਨੇ ਇੱਥੋਂ ਦੇ ਲੋਕਲ ਨੇਤਾ ਉਹਨਾਂ ਦੇ ਜਤਨਾਂ ਦੇ ਨਾਲ, ਤਾਂ ਉਹਨਾਂ ਨੇ ਵੀ ਇੱਕ ਸ਼ਬਦ ਆਪ ਨਹੀਂ ਬੋਲਿਆ, ਸਗੋਂ ਉਹਨਾਂ ਦੇ ਲੜਕੇ ਦੀ ਇਹ ਗੱਲ ਕਹੀ ਹੈ ਕਿ ਉਹ ਘਰ ਵਾਪਸੀ ਕਰ ਰਹੇ ਨੇ। ਪਰ ਅੰਦਰਲੀਆਂ ਗੱਲਾਂ ਕੁਝ ਇਸ ਕਿਸਮ ਦੀਆਂ ਨੇ ਵੀ ਜਿਹੜੇ ਜਿਹਨਾਂ ਲੋਕਾਂ ਨੇ ਬੇਸਿਕਲੀ ਜਗੀਰ ਕੌਰ ਹੋਰਾਂ ਨੇ ਉਹਨਾਂ ਨੂੰ ਇਸ ਲਈ ਉਮੀਦਵਾਰ ਅਕਾਲੀ ਦਲ ਦਾ ਬਣਾਇਆ ਸੀ, ਪਰ ਕਿਉਂਕਿ ਬੀਬੀ ਜਗੀਰ ਕੌਰ ਬਾਗੀ ਅਕਾਲੀਆਂ ਦੇ ਵਿੱਚ ਸ਼ਾਮਿਲ ਹੋ ਗਈ, ਸਾਡੇ ਛੋਟੇ ਬਾਦਲ ਸਾਹਿਬ ਨੇ ਇਸ ਕੈਂਡੀਡੇਟ ਨੂੰ ਊਨ ਕਰਨ ਦੀ ਥਾਂ 'ਤੇ ਬਸਪਾ ਦਾ ਜੋ ਕੈਂਡੀਡੇਟ ਹੈ ਉਸਨੂੰ ਸਮਰਥਨ ਦੇ ਦਿੱਤਾ ਸੀ। ਹੁਣ ਇੱਥੇ ਦੇਖਣ ਵਾਲੀ ਗੱਲ ਇਹ ਹੈ ਕਿ ਇਹ ਸਾਰਾ ਕੁਝ ਕਿਉਂ ਵਾਪਰ ਰਿਹਾ, ਇਸ ਦੇ ਸਿਆਸੀ ਸਿੱਟੇ ਕੀ ਨਿਕਲਣਗੇ। ਇਹ ਤਾਂ ਤੁਸੀਂ ਜਾਣ ਹੀ ਲਿਆ ਕਿ ਪੰਜਾਬ ਦੇ ਵਿੱਚ ਆਉਣ ਵਾਲੇ ਸਮੇਂ ਦੇ ਵਿੱਚ ਜਿਹੜੀਆਂ ਚੋਣਾਂ ਹੋਣੀਆਂ ਨੇ ਤਿੰਨ ਚਾਰ ਹੋਰ ਥਾਵਾਂ ਦੇ ਉੱਤੇ, ਉਹਨਾਂ ਵਿੱਚ ਪੰਥਕ ਧਿਰਾਂ ਵਾਲੇ ਜਿਹੜੇ ਲੋਕ ਨੇ ਜਿਨ੍ਹਾਂ ਨੇ ਦੋ ਸੀਟਾਂ ਪੂਰੇ ਪੰਜਾਬ ਦੇ ਵਿੱਚ ਜਿੱਤੀਆਂ ਨੇ ਅੰਮ੍ਰਿਤਪਾਲ ਸਿੰਘ ਉਪਰਾਂ ਦੇ ਨਾਲ ਜੁੜੇ ਹੋਏ ਜਿਹੜੇ ਲੋਕ ਨੇ, ਉਹਨਾਂ ਨੇ ਉਹਨਾਂ ਤਿੰਨਾਂ ਸੀਟਾਂ ਦੇ ਉੱਤੇ ਚੱਬੇਵਾਲ ਨੂੰ ਛੱਡ ਕੇ ਆਪਣੇ ਕੈਂਡੀਡੇਟ ਖੜ੍ਹੇ ਕਰਨ ਦਾ ਐਲਾਨ ਵੀ ਕਰ ਦਿੱਤਾ। ਇਹ ਆਪਣੇ ਆਪ ਦੇ ਵਿੱਚ ਅਕਾਲੀ ਦਲ ਬਾਦਲ ਲਈ ਬੜੀ ਚੈਲੇਂਜਿੰਗ ਸਥਿਤੀ ਹੈ, ਕਿਉਂਕਿ ਗਿੱਦੜਬਾਹਾ ਅਤੇ ਜਿੱਥੋਂ ਬਾਦਲ ਸਾਹਿਬ ਆਪ ਜਿੱਤਦੇ ਰਹੇ ਨੇ ਛੋਟੇ ਬਾਦਲ, ਸ਼ਾਇਦ ਉਹ ਮੁੜ ਕੇ ਫਿਰ ਉੱਥੋਂ MLA ਦੀ ਟਿਕਟ ਲਈ ਖੜ੍ਹੇ ਹੋਣ, ਜਦੋਂ ਕਿ 92 MLA ਜਿੱਤੇ ਸਨ ਪੂਰੇ ਪੰਜਾਬ ਵਿੱਚ, ਇੱਕ ਲਹਿਰ ਜੀ ਬਣ ਗਈ ਸੀ ਆਮ ਆਦਮੀ ਪਾਰਟੀ ਦੀ, ਉਸ ਵੇਲੇ ਉਹ ਹਾਰ ਗਏ ਸਨ ਸਮੇਤ ਵੱਡੇ ਬਾਦਲ ਦੇ। ਸੋ ਦੇਖਣ ਵਾਲੀ ਗੱਲ ਇਹ ਹੈ ਕਿ ਇੱਦਾਂ ਦੀ ਸਥਿਤੀ ਵਿੱਚ ਕੀ ਬਾਗੀ ਅਕਾਲੀ ਜਿਹੜੇ ਨੇ ਪੰਥਕ ਧਿਰਾਂ ਉਹਨਾਂ ਨੂੰ ਉਹਨਾਂ ਦੀ ਸਪੋਰਟ ਕਰਨਗੀਆਂ, ਕੀ ਇਸ ਜਿਹੜਾ ਰਾਖਵਾਂ ਖਿੱਤਾ ਹੈ ਇਹ MLA ਦੀ ਸੀਟ ਹੈ ਇਸ ਦੇ ਵਿੱਚ ਕੀ ਬਾਗੀ ਧਿਰਾਂ ਨੂੰ ਬਾਗੀ ਧਿਰਾਂ ਜਿਹੜੀਆਂ ਨੇ ਉਹ ਤਕੜੇ ਹੋ ਕੇ ਉਸ ਢੰਗ ਦੇ ਨਾਲ ਜਿੱਤ ਪ੍ਰਾਪਤ ਕਰਨਗੀਆਂ। ਹੁਣ ਦੇਖਣ ਵਾਲੀ ਗੱਲ ਇਹ ਵੀ ਹੋਏਗੀ ਕਿ ਬਾਦਲ ਧੜਾ ਜਿਹੜਾ ਹੈ ਸੁਖਬੀਰ ਬਾਦਲ ਵਾਲਾ ਜਦੋਂ BSP ਨੂੰ ਸਪੋਰਟ ਕਰਦਾ ਹੈ ਤਾਂ ਉਹ ਕਿੰਨੀਆਂ ਵੋਟਾਂ ਪ੍ਰਾਪਤ ਕਰੇਗਾ, ਕੀ ਮੁੜ ਕੇ ਉਹੀ ਹਾਲਤ ਇਹਨਾਂ ਦੀ ਹੋ ਜਾਏਗੀ ਜਿਹੜੀ ਹਾਲਤ BJP ਨੂੰ ਵੱਧ ਵੋਟਾਂ ਮਿਲੀਆਂ ਪੰਜਾਬ ਦੇ ਵਿੱਚ ਅਤੇ ਅਕਾਲੀ ਦਲ ਨੂੰ ਘੱਟ ਮਿਲੀਆਂ। ਅਤੇ ਜੇ ਇਸ ਮਾਮਲੇ ਦੇ ਵਿੱਚ ਇਸ ਗੇਮ ਦੇ ਵਿੱਚ ਬਾਦਲ ਧੜਾ ਘੱਟ ਵੋਟਾਂ ਲੈਂਦਾ ਅਤੇ ਬਾਗੀ ਧੜਾ ਵੱਧ ਵੋਟਾਂ ਲੈ ਜਾਂਦਾ ਤੇ ਇਹ ਵੀ ਇੱਕ ਵੱਖਰਾ ਜਿਹੜਾ ਤਸਵੀਰ ਹੈ ਸਾਹਮਣੇ ਆਈ। ਇੱਕ ਹੋਰ ਸਵਾਲ ਇਹ ਹੈ ਕਿ ਅਕਾਲੀ ਦਲ ਬਾਦਲ ਨੂੰ ਜਾਂ ਵਿਰੋਧੀਆਂ ਨੂੰ ਵੀ ਇਸ ਗੱਲ ਦਾ ਪਤਾ ਹੈ ਜਿਹੜੇ ਬਾਗੀ ਨੇ ਕਿ ਅਕਾਲੀ ਦਲ ਇਸ ਪੋਜੀਸ਼ਨ 'ਚ ਨਹੀਂ ਹੈ ਕਿ ਇੱਥੋਂ ਚੋਣ ਜਿੱਤੇਗਾ,
ਤੇ ਇਸ ਦੇ ਬਾਵਜੂਦ ਵੀ ਉਹਨਾਂ ਵਾਸਤੇ ਇਹ ਵਕਾਰੀ ਮੁੱਦਾ ਕਿਉਂ ਬਣਿਆ ਹੋਇਆ? ਬਾਕੀ ਤਰ੍ਹਾਂ ਇਹ ਮਹਿਸੂਸ ਕਰ ਲੱਗ ਪਈਆਂ ਨੇ ਵੀ ਜੇ ਅਸੀਂ ਇਹ ਚੋਣ ਦੇ ਵਿੱਚ ਕਾਫੀ ਵੋਟਾਂ ਬਸਪਾ ਦੇ ਕੈਂਡੀਡੇਟ ਤੋਂ ਵੱਧ ਵੋਟਾਂ ਲੈ ਜਾਂਦੇ ਹਾਂ ਤੇ ਇਹ ਸਮਝਿਆ ਜਾਏਗਾ ਕਿ ਬਾਦਲ ਜਿਹੜਾ ਹੈ ਸੁਖਬੀਰ ਬਾਦਲ ਉਹਦੀ ਸਿੱਖਾਂ ਦੇ ਵਿੱਚ ਸਹੀ ਢੰਗ ਦੀ ਪਛਾਣ ਨਹੀਂ ਰਹੀ ਤੇ ਲੋਕਾਂ ਨੇ ਉਹਨਾਂ ਨੂੰ ਬਿਲਕੁਲ ਉਸੇ ਢੰਗ ਦੇ ਨਾਲ ਡਿਸਕਾਰਡ ਕਰ ਦਿੱਤਾ ਜਿਵੇਂ ਪੰਜਾਬ ਦੇ ਵਿੱਚ ਪਿਛਲੀਆਂ 3-4 ਚੋਣਾਂ ਦੇ ਵਿੱਚ ਉਹਨਾਂ ਨੂੰ ਪਾਸੇ ਕਰ ਦਿੱਤਾ ਗਿਆ। ਦੂਜੀ ਗੱਲ ਇਹ ਵੀ ਹੈ ਕਿ ਜੇ ਮੁੜ ਕੇ ਫਿਰ ਭਾਜਪਾ ਜਿਹੜੀ ਹੈ ਇੱਥੇ ਵੱਧ ਵੋਟਾਂ ਲੈ ਜਾਂਦੀ ਆ, ਬਸਪਾ ਵਾਲਾ ਕੈਂਡੀਡੇਟ ਘੱਟ ਵੋਟਾਂ ਲੈਂਦਾ, ਬਾਗੀ ਅਕਾਲੀ ਦਲ ਜਿਹੜਾ ਆ ਉਹਦੇ ਵਿੱਚ ਵੱਧ ਵੋਟਾਂ ਲੈ ਜਾਂਦਾ ਤੇ ਇਹ ਵੀ ਇੱਕ ਤਿੱਕੜੀ ਵਾਲੀ ਜਿਹੜੀ ਚੋਣ ਹੋਏਗੀ, ਇਹ ਵੀ ਕੁਝ ਜਿਹੜੇ ਸਿੱਟੇ ਜਿਹੜੇ ਹੈ ਉਸ ਇਸ ਇਲੈਕਸ਼ਨ ਦੇ ਵਿੱਚ ਕੱਢੇਗੀ। ਕਿਉਂਕਿ ਦੇਖੋ ਬਸਪਾ ਜਿਹੜੀ ਹੈ ਇਸ ਵੇਲੇ ਉਹ ਏਦਾਂ ਦੀ ਸਥਿਤੀ ਵਿੱਚ ਨਹੀਂ ਵੀ ਉਹਦਾ ਕੋਈ ਪੰਜਾਬ ਦੇ ਵਿੱਚ ਬੋਲਬਾਲਾ ਹੈ। ਹੁਣ ਵੀ ਅਕਾਲੀ ਦਲ ਬਾਦਲ ਨੇ ਬਸਪਾ ਦੇ ਨਾਲ ਸਮਝੌਤਾ ਕਰਕੇ ਅਗਲੀਆਂ 3-4 ਸੀਟਾਂ ਲੜਨੀਆਂ ਨੇ, ਚੱਬੇਵਾਲ ਬਸਪਾ ਨੂੰ ਦੇ ਦਿੱਤੀ ਗਈ ਹੈ, ਦੂਜੀਆਂ 3 ਸੀਟਾਂ ਸੁਖਬੀਰ ਬਾਦਲ ਨੇ ਹੋਣੀਆਂ ਨੇ, ਆਪਣੇ ਕੈਂਡੀਡੇਟ ਖੜੇ ਕਰਨੇ ਨੇ। ਤੋ ਨਾ ਤੇ ਸੁਖਬੀਰ ਬਾਦਲ ਦਾ ਆਪਣਾ ਉਸ ਢੰਗ ਦਾ ਢੰਗ ਤਰੀਕਾ ਤਾਕਤ ਵਾਲਾ ਰਿਹਾ ਤੇ ਨਾ ਬਸਪਾ ਦਾ ਬੋਲ ਵਾਲਾ ਜਿਹੜਾ ਰਿਹਾ। ਸੋ ਇਸ ਸਥਿਤੀ ਦੇ ਵਿੱਚ ਬਾਕੀ ਅਕਾਲੀ ਦਲ ਦੇ ਜਿਹੜੇ ਕੈਂਡੀਡੇਟ ਨੇ ਜਿਹਨਾਂ ਨੇ ਹਾਲੇ ਆਪਣਾ ਪਤਾ ਨਹੀਂ ਅਕਾਲੀ ਦਲ ਬਣਾਉਣਾ ਹੈ ਨਹੀਂ ਬਣਾਉਣਾ ਜਾਂ ਸਿੱਖ ਜਥੇਬੰਦੀਆਂ ਦੇ ਨਾਲ ਉਹਨਾਂ ਦੀ ਕਿਸ ਕਿਸਮ ਦੀ ਪਹੁੰਚ ਬਣਦੀ ਹੈ ਤੇ ਕੀ ਸਿੱਖ ਜਥੇਬੰਦੀਆਂ ਜਿਹਨਾਂ ਨੇ ਆਪਣਾ ਜਲੰਧਰ ਪੱਛਮੀ ਦੇ ਵਿੱਚ ਕੈਂਡੀਡੇਟ ਖੜਾ ਨਹੀਂ ਕੀਤਾ, ਕੀ ਉਹ ਚੁੱਪੇ ਹੀ ਰਹਿ ਜਾਂਦੀਆਂ ਨੇ ਜਾਂ ਉਹ ਬਾਗੀ ਅਕਾਲੀਆਂ ਨੂੰ ਸਮਰਥਨ ਦਿੰਦੀਆਂ ਨੇ? ਇੱਥੇ ਦੇਖਣ ਵਾਲੀ ਗੱਲ ਇਹ ਹੋਏਗੀ ਵੀ ਜਿਵੇਂ ਅੰਮ੍ਰਿਤਪਾਲ ਹੋਰਾਂ ਦੇ ਖਡੂਰ ਸਾਹਿਬ ਦੇ ਵਿੱਚ ਸਿੱਖ ਭਾਈਚਾਰੇ ਦੀਆਂ ਵੋਟਾਂ ਬਹੁਤ ਜ਼ਿਆਦਾ ਨੇ, ਪਰ ਇੱਥੇ ਇਸ ਕਿਸਮ ਦੀਆਂ ਵੋਟਾਂ ਦੀ ਬਹੁਤੀ ਵੱਡੀ ਤਾਦਾਦ ਜਿਹੜੀ ਹੈ ਨਹੀਂ ਹੈ। ਸੋ ਅਸਲ ਵਿੱਚ ਤਾਂ ਸ਼੍ਰੋਮਣੀ ਅਕਾਲੀ ਦਲ ਜਿਹੜਾ ਲਗਾਤਾਰ ਹਰਦਾ ਜਾ ਰਿਹਾ, ਪਿੱਛੇ ਪਿੱਛੇ ਜਾ ਰਿਹਾ, ਉਸਨੇ ਵੀ ਇੱਕ ਗੇਮ ਖੇਡਣ ਦਾ ਯਤਨ ਕੀਤਾ ਹੈ ਵੀ ਆਪਣੇ ਆਪ ਨੂੰ ਮੁੜ ਕੇ ਫਿਰ BSP ਦੇ ਨਾਲ ਭਾਈਵਾਲੀ ਕਰ ਲਈਏ, ਬਿਲਕੁਲ ਉਸੇ ਤਰ੍ਹਾਂ ਜਦੋਂ ਕਦੇ ਉਹਨਾਂ ਨੇ ਕਾਂਸ਼ੀ ਰਾਮ ਦੇ ਨਾਲ ਕੀਤੀ ਸੀ ਵੀ ਭਾਜਪਾ ਦੇ ਨਾਲ ਕਰ ਲਈ, ਭਾਜਪਾ ਨਾਲ ਸਾਂਝ ਪਿਆਲੀ ਪਾ ਕੇ ਉਹਨਾਂ ਨੇ ਬਹੁਤ ਕੁਝ ਗੁਆਇਆ, ਇੰਨਾ ਕੁਝ ਗੁਆਇਆ ਵੀ ਉਹਨਾਂ ਨੇ ਇਲਾਕਾਈ ਪਾਰਟੀ ਦੇ ਤੌਰ ਤੇ ਪ੍ਰਸਿੱਧ ਹੋਈ ਇਸ ਪਾਰਟੀ ਦੀ ਆਪਣੀ ਦਿੱਖ ਹੀ ਖਰਾਬ ਕਰ ਲਈ। 100 ਸਾਲਾਂ ਦੇ ਇਤਿਹਾਸ ਨੂੰ ਇਹਨਾਂ ਨੇ ਇਸ ਕਿਸਮ ਦਾ ਕੋਰਾ ਲਾ ਦਿੱਤਾ ਤੇ ਬਸਪਾ ਭਾਜਪਾ ਤੇ RSS ਨੇ ਉਹਨਾਂ ਨੂੰ ਏਦਾਂ ਦੀ ਸਥਿਤੀ ਵਿੱਚ ਪਹੁੰਚਾ ਦਿੱਤਾ ਕਿ ਅੱਜ ਪੰਜਾਬ ਦੇ ਲੋਕ ਉਹਨਾਂ ਤੋਂ ਵੱਖਰੇ ਕਿਸਮ ਦੇ ਸਵਾਲ ਪੁੱਛਣ ਲੱਗ ਪਏ ਨੇ। ਪਲਾਹੀ ਸਾਹਿਬ, ਇਸ ਸਮੇਂ ਅਕਾਲੀ ਦਲ ਪੂਰੀ ਤਰ੍ਹਾਂ ਨਿਗਾਰ ਦੇ ਵਿੱਚ ਤੇ ਦੂਜੇ ਪਾਸੇ ਅਸੀਂ ਇਹ ਵੀ ਦੇਖਿਆ ਬਹੁਜਨ ਸਮਾਜ ਪਾਰਟੀ ਵੀ ਇਸ ਸਮੇਂ ਪੰਜਾਬ ਦੇ ਵਿੱਚ ਉਹ ਸਥਿਤੀ ਨਹੀਂ ਰੱਖਦੀ ਜਿਹੜੀ ਪਹਿਲਾਂ ਸਥਿਤੀ ਹੁੰਦੀ ਸੀ ਤੇ ਦੋਨੇ ਪਾਰਟੀਆਂ ਇਸ ਸਮੇਂ ਤਰਲਿਆਂ ਦੇ ਉੱਤੇ ਨੇ, ਇਸ ਗੱਲ ਕਰਕੇ ਇਹ ਗੱਠਜੋੜ ਵੀ ਕਰਨ ਵਾਸਤੇ ਤਿਆਰ ਬੈਠੀਆਂ ਨੇ। ਪਰ ਇਹ ਗੱਲ ਨਹੀਂ ਸਮਝ ਲੱਗਦੀ ਹੈਗੀ ਕਿ ਆਮ ਆਦਮੀ ਪਾਰਟੀ ਜਿਹੜੀ ਕਿ ਸੱਤਾ ਦੇ ਵਿੱਚ ਹੈ, 2.5 ਸਾਲ ਉਹਨਾਂ ਨੂੰ ਹੋ ਗਏ ਹੈ ਰਾਜ ਕਰਦਿਆਂ ਨੂੰ, ਤੇ ਭਗਵੰਤ ਮਾਨ ਵਾਲੇ ਵੀ ਇਹੋ ਜਿਹੇ ਤਰਲੇ ਕਿਉਂ ਕੱਢ ਰਹੇ ਨੇ ਕਿ ਜਿਹੜੀ ਅਕਾਲੀ ਦਲ ਦਾ ਉਮੀਦਵਾਰ ਹੈ ਜਿਸ ਨੂੰ ਕਿ ਅਕਾਲੀ ਦਲ ਨੂੰ ਇਹਨਾਂ ਲੋਕ ਸਭਾ ਚੋਣਾਂ ਦੇ ਵਿੱਚ ਜਲੰਧਰ ਪੱਛਮੀ ਹਿੱਸੇ ਚੋਂ ਸਿਰਫ 26 ਸੀਟਾਂ ਮਿਲੀਆਂ ਸੀ ਜੀ, ਤੇ ਇਹਦੇ ਨਾਲ ਜਿਹੜਾ ਹੈਗਾ। ਦੂਜੇ ਪਾਸੇ ਇਹ ਵੀ ਹੋਇਆ ਕਿ ਜਿਹੜੇ ਬਾਗੀ ਉਮੀਦਵਾਰ ਨੇ ਉਸ ਆਪਣੇ ਉਮੀਦਵਾਰ ਨੂੰ ਵਾਪਸ ਲੈ ਗਏ ਨੇ ਤੇ ਇਹਦੇ ਨਾਲ ਭਗਵੰਤ ਮਾਨ ਨਾਲ ਉਹਦੀ ਵੀ ਕਿਰਕਰੀ ਹੋਈ ਹੈ।
ਦੇਖੋ ਗੱਲ ਇਹ ਆ ਵੀ ਕਿਰਕਰੀ ਤਾਂ ਬਿਲਕੁਲ ਹੋਈ ਹੋਈ ਹੈ, ਪਰ ਭਗਵੰਤ ਮਾਨ ਭਾਵੇਂ 10 ਵੋਟਾਂ ਹੋਣ 15 ਵੋਟਾਂ ਹੋਣ ਕਿਸੇ ਕਿਸਮ ਦਾ ਰਿਸਕ ਨਹੀਂ ਲੈਣਾ ਚਾਹੁੰਦੇ। ਕਾਰਨ ਉਸ ਦਾ ਇਹ ਹੈ ਕਿ ਹਾਈ ਕਮਾਂਡ ਵੱਲੋਂ ਲਗਾਤਾਰ ਉਹਨਾਂ ਤੋਂ ਸਵਾਲ ਪੁੱਛੇ ਜਾ ਰਹੇ ਨੇ ਵੀ ਤੁਸੀਂ ਤਾਂ ਕਹਿੰਦੇ ਸੀ 13 ਸੀਟਾਂ ਸੀ ਜਿੱਤਣੀਆਂ ਨੇ ਤੇ 3 ਤੇ ਆ ਗਏ ਹੋ, ਤੇ ਹਾਈ ਕਮਾਂਡ ਨੇ ਇਸ ਸੰਬੰਧ ਵਿੱਚ ਆਪਣੇ ਜਿਹੜੇ ਅਬਜ਼ਰਵਰ ਭੇਜੇ ਨੇ ਔਰ ਕਿਹਾ ਜਾਣ ਲੱਗ ਪਿਆ ਸੀ ਵੀ ਸ਼ਾਇਦ ਜਲੰਧਰ ਪੱਛਮੀ ਦੇ ਵਿੱਚ ਇਹਨਾਂ ਦੀ ਕਮਾਂਡ ਦੇ ਵਿੱਚ ਚੋਣਾਂ ਨਾ ਲੜੀਆਂ ਜਾਣ, ਪਰ ਉਹਨਾਂ ਨੇ ਇਹ ਗੱਲ ਕਿਹਾ ਜਾ ਰਹੀ ਆ ਵੀ ਉਹਨਾਂ ਨੇ ਜਿੱਦ ਕਰਕੇ ਇਹ ਸੀਟ ਦੇ ਉੱਤੇ ਆਪ ਖੜ ਕੇ ਚੋਣਾਂ ਲੜਨ ਦਾ ਐਲਾਨ ਕੀਤਾ ਹੋਇਆ ਤੇ ਉਹ ਹਰ ਹੀਲੇ ਇਹਨੂੰ ਜਿੱਤਣਾ ਚਾਹੁੰਦੇ ਨੇ। ਜਿਵੇਂ ਕਿ ਮੈਂ ਪਹਿਲਾਂ ਵੀ ਤੁਹਾਨੂੰ ਦੱਸਿਆ ਵੀ ਪੁਲਿਸ ਤੇ ਦੂਸਰਾ ਪ੍ਰਸ਼ਾਸਨ ਹੈ ਉਹ ਵੀ ਪੱਬਾਂ ਭਾਰ ਹੈ, ਆਲੇ ਦੁਆਲੇ ਦੇ ਜਿਹੜੇ ਲੋਕ ਨੇ ਫਗਵਾੜਾ ਤੇ ਇਹਦੇ ਲਾਗਲੇ ਛਗਲੇ ਹੋਰ ਲੋਕ ਨੇ ਜਿਹਨਾਂ ਦੇ ਰਿਸ਼ਤੇਦਾਰ ਜਲੰਧਰ ਪੱਛਮੀ ਦੇ ਵਿੱਚ ਨੇ ਉਹਨਾਂ ਦੇ ਉੱਤੇ ਵੀ ਇਸ ਕਿਸਮ ਦਾ ਪ੍ਰਭਾਵ ਪਾਇਆ ਜਾ ਰਿਹਾ ਵੀ ਆਪਣੇ ਰਿਸ਼ਤੇਦਾਰਾਂ ਨੂੰ ਕਹੋ ਵੀ ਉਹ ਵੋਟਾਂ ਜਿਹੜੀਆਂ ਨੇ ਉਹ ਆਮ ਆਦਮੀ ਪਾਰਟੀ ਦੇ ਉਮੀਦਵਾਰ ਨੂੰ ਹੋਣ, ਕਿਉਂਕਿ ਜੇ ਜਲੰਧਰ ਪੱਛਮੀ ਦੇ ਵਿੱਚ ਹੁਣ ਫੇਰ ਮਾਨ ਸਾਹਿਬ ਚੋਣਾਂ ਹਾਰ ਜਾਂਦੇ ਨੇ ਤੇ ਇਹਨਾਂ ਨੂੰ ਮੁੜ ਕੇ ਫੇਰ ਕੁਝ ਇਹੋ ਜਿਹੀ ਸਥਿਤੀ ਦਾ ਸਾਹਮਣਾ ਕਰਨਾ ਪਏਗਾ ਜਿੱਦਾਂ ਦੀ ਸਥਿਤੀ ਦਾ ਸਾਹਮਣਾ ਉਹਨਾਂ ਨੇ ਪਿਛਲੇ ਦਿਨਾਂ ਵਿੱਚ ਚੋਣਾਂ ਹਾਰਨ ਤੋਂ ਬਾਅਦ ਕੀਤਾ ਹੈ, ਭਾਵ 13 ਦੀ ਥਾਂ ਤੇ 3 ਸੀਟਾਂ ਲੈ ਕੇ ਕੀਤਾ ਹੈ। ਇਸ ਗੱਲ ਦੀਆਂ ਵੀ ਕਨਸੋਆਂ ਨੇ ਵੀ ਸਪੀਕਰ ਸਾਹਿਬ ਤੇ ਮਾਨ ਸਾਹਿਬ ਦੀ ਹੁਣ ਆਪਸ ਵਿੱਚ ਜਿਹੜੀ ਆ ਰੰਜਿਸ਼ ਵੱਧਦੀ ਜਾ ਰਹੀ ਹੈ, ਸ਼ਾਇਦ ਹਾਈ ਕਮਾਂਡ ਵੀ ਕੋਈ ਬਦਲਾਅ ਜਿਹੜਾ ਹੈ ਇਸ ਮਾਮਲੇ ਤੇ ਕਰਨਾ ਚਾਹੁੰਦਾ ਹੋਵੇ, ਪਰ ਇਸੇ ਕਰਕੇ ਮਾਨ ਸਾਹਿਬ ਜਿਹੜੇ ਨੇ ਜਾਂ ਸਮਝੋ ਵੀ ਆਮ ਆਦਮੀ ਪਾਰਟੀ ਜਿਹੜੀ ਹੈ ਉਹ ਕੋਈ ਵੀ ਇਹੋ ਜਿਹਾ ਹੀਲਾ ਵਸੀਲਾ ਨਹੀਂ ਛੱਡਣਾ ਚਾਹੁੰਦੀ, ਸਾਮ ਦਾਮ ਦੰਡ ਵਾਲਾ ਹਰ ਤਰੀਕਾ ਵਰਤ ਕੇ ਉਹ ਜਲੰਧਰ ਪੱਛਮੀ ਦੀ ਸੀਟ ਜਿੱਤਣ ਦੇ ਰੌਂ ਵਿੱਚ ਹੈ। ਭਾਵਾਂ ਕਿ ਇਹ ਬਹੁਤ ਔਖੀ ਗੱਲ ਹੈ, ਕਾਂਗਰਸ ਇੱਥੇ ਅੱਗੇ ਲਗਾਤਾਰ ਵੱਧ ਰਹੀ ਹੈ, ਦੂਸਰੀ ਧਿਰ ਵੀ ਜਿਹੜੀ ਭਾਜਪਾ ਹੈ ਉਸਦਾ ਵੀ ਆਪਣਾ ਇੱਕ ਵੱਖਰਾ ਕਾਡਰ ਹੈ, ਵੱਖਰੀ ਵੋਟ ਹੈ ਔਰ ਉਹ ਵੀ ਅੱਗੋਂ ਵਾਲੀ ਸਥਿਤੀ ਦੇ ਵਿੱਚ ਹੈ, ਭਾਵ ਮੁਕਾਬਲਾ 3 ਕੋਨਾ ਹੈ, ਇਸ 3 ਕੋਨੇ ਮੁਕਾਬਲੇ ਦੇ ਵਿੱਚ ਕੌਣ ਕਿੰਨੀਆਂ ਵੋਟਾਂ ਲੈ ਕੇ ਅੱਗੇ ਪਿੱਛੇ ਹੁੰਦਾ ਇਹ ਵੀ ਵੇਖਣ ਵਾਲੀ ਗੱਲ ਹੋਏਗੀ, ਪਰ ਮਾਨ ਸਾਹਿਬ ਆਪਣੀ ਕੁਰਸੀ ਬਚਾਉਣ ਦੀ ਖਾਤਰ ਹਰ ਹੀਲਾ ਵਰਤ ਰਹੇ ਆ ਤੇ ਉਹਨਾਂ ਨੇ ਸੁਰਜੀਤ ਕੌਰ ਨੂੰ ਜਿਹਦੇ ਕੋਲ ਭਾਵਾਂ ਕੁਝ ਇੱਕ ਵੋਟਾਂ ਨੇ ਜਿਹਨਾਂ ਦਾ ਆਪਣਾ ਕੋਈ ਏਡਾ ਵੱਡਾ ਆਧਾਰ ਵੀ ਨਹੀਂ ਹੈ ਤੇ ਜਿਹਨਾਂ ਨੂੰ ਸ਼੍ਰੋਮਣੀ ਅਕਾਲੀ ਦਲ ਨੇ ਸਿਰਫ ਇੱਕ ਕਹਿਣ ਦੇ ਤੌਰ ਤੇ ਵੀ ਸ਼੍ਰੋਮਣੀ ਅਕਾਲੀ ਦਲ ਚੋਣ ਨਹੀਂ ਲੜ ਰਿਹਾ, ਉਹਨਾਂ ਨੂੰ ਲੜਨ ਲਈ ਇਸ ਗੱਲ ਲਈ ਤਿਆਰ ਹੋਣਾ ਪਿਆ ਵੀ ਇਹ ਇਵੇਂ ਨਾ ਹੋਵੇ ਵੀ ਕਿੱਥੇ ਅਸੀਂ ਕਹਿੰਦੇ ਸੀ ਵੀ ਅੱਡੇ ਅਸੀਂ ਸੂਬੇ ਦੇ ਵਿੱਚ ਵੱਡੇ ਭਾਈ ਹਾਂ ਔਰ ਵੱਡੇ ਭਾਈ ਦੀ ਭੂਮਿਕਾ ਜਿਹੜੀ ਹੈ ਸਾਡੀ ਹੁਣ ਛੋਟੇ ਭਾਈ ਦੀ ਹੋ ਗਈ ਤੇ ਛੋਟੇ ਭਾਈ ਤੋਂ ਇਵੇਂ ਨਾ ਹੋ ਜਾਇਆ ਵੀ ਅਸੀਂ ਹੁਣ ਵਿੱਚੋਂ ਚੋਣ ਇਲੈਕਸ਼ਨ ਦੇ ਵਿੱਚੋਂ ਪਾਸੇ ਹੀ ਫੜ ਗਏ। ਅਭੀ ਹੈ ਕਿ ਇਸ ਸਮੇਂ ਜਿਹੜੀ ਖਾਸ ਤੌਰ ਤੇ ਇਹ ਜ਼ਿਮਨੀ ਚੋਣ ਹੈ ਇਹ ਭਗਵੰਤ ਮਾਨ ਆਉਣ ਲਈ ਵਿਸ਼ੇਸ਼ ਤੌਰ ਤੇ ਵਕਾਰੀ ਮੁੱਦਾ ਹੈ, ਪਰ ਵਕਾਰੀ ਮੁੱਦਾ ਤਾਂ ਇਹ ਚਰਨਜੀਤ ਸਿੰਘ ਚੰਨੀ ਵਾਸਤੇ ਵੀ ਹੋਊਗਾ ਕਿਉਂਕਿ ਉਹ ਇੱਥੇ ਮੈਂਬਰ ਪਾਰਲੀਮੈਂਟ ਨੇ, ਹਾਲ ਹੀ ਦੇ ਵਿੱਚ ਇਹ ਚੋਣ ਜਿੱਤੇ ਵੀ ਨੇ ਲੋਕ ਸਭਾ ਦੀ ਤੇ ਇੱਥੇ ਜਿਹੜੀ ਗਿਣਤੀ ਇਹ ਹੈ ਕਿ ਕਾਂਗਰਸ ਨੂੰ ਸਭ ਤੋਂ ਜ਼ਿਆਦਾ ਵੋਟਾਂ ਮਿਲੀਆਂ ਸੀ। ਦੇਖੋ ਗੱਲ ਭਾਵੇਂ ਬਿਨਾਂ ਸ਼ੱਕ ਸਾਬਕਾ ਮੁੱਖ ਮੰਤਰੀ ਚੰਨੀ ਸਾਹਿਬ ਦੀ ਦਾ ਯਤਨ ਹੋਏਗਾ ਕਿ ਕਾਂਗਰਸ ਨੇ ਜਿੰਨੀਆਂ ਵੋਟਾਂ ਪਹਿਲਾਂ ਲਈਆਂ ਨੇ ਉਸ ਹਿਸਾਬ ਦੇ ਨਾਲ ਉਹਨਾਂ ਨੂੰ ਵੋਟਾਂ ਦੁਬਾਰਾ ਪੈਣ, ਇਸ ਗੱਲ ਲਈ ਉਹਨਾਂ ਵੱਲੋਂ ਯਤਨ ਵੀ ਕੀਤੇ ਜਾ ਰਹੇ ਨੇ। ਇਹ ਵੀ ਉਹਨਾਂ ਲਈ ਵੀ ਵਕਾਰੀ ਸੀਟ ਹੈ,
ਭਾਜਪਾ ਵੱਲੋਂ ਵੀ ਆਪਣਾ ਜਿਹੜਾ ਆਧਾਰ ਪੱਕਾ ਕਰਨ ਲਈ ਯਤਨ ਹੋਏਗਾ, ਪਰ ਸਭ ਤੋਂ ਵੱਧ ਉਖਿਆਈ ਵਾਲੀ ਗੱਲ ਹਾਕਮ ਧਿਰ ਲਈ ਹੈ। ਹਾਕਮ ਧਿਰ ਲਈ ਇਸ ਕਰਕੇ ਹੈ ਵੀ ਜੇ ਇੱਥੇ ਵੀ ਉਹ ਚੋਣ ਹਾਰ ਜਾਂਦੇ ਨੇ ਜਾਂ ਆਉਣ ਵਾਲੀਆਂ ਜਿਹੜੀਆਂ ਪੰਜ ਚਾਰ ਹੋਰ ਸੀਟਾਂ ਦੇ ਉੱਤੇ ਇਲੈਕਸ਼ਨ ਹੋਣੀ ਹੈ, ਬਾਈ ਇਲੈਕਸ਼ਨ ਜਿਹੜੀ ਛੇ ਮਹੀਨੇ ਦੇ ਵਿੱਚ ਵਿੱਚ ਖਾਲੀ ਸੀਟ ਹੋਣ ਤੋਂ ਕੀਤੀ ਜਾਣ ਵਾਲੀ ਹੈ, ਉਹਦੇ ਵਿੱਚ ਵੀ ਆਪਣਾ ਸਹੀ ਪੱਖ ਨਹੀਂ ਦਿਖਾ ਸਕਦੇ। ਇਹ ਨਹੀਂ ਦੱਸ ਰਹੇ ਵੀ ਅਸੀਂ ਵਿਕਾਸ ਪੰਜਾਬ ਦੇ ਵਿੱਚ ਕਿਸ ਕਿਸਮ ਦਾ ਕੀਤਾ, ਬੇਰੁਜ਼ਗਾਰੀ ਨੂੰ ਅਸੀਂ ਕਿੰਨਾ ਕੁ ਦੂਰ ਕੀਤਾ, ਲੋਕਾਂ ਦੇ ਅਸੀਂ ਮਸਲੇ ਕਿੰਨੇ ਕੁ ਹੱਲ ਕੀਤੇ ਨੇ, ਕਰਮਚਾਰੀਆਂ ਦੇ ਨਾਲ ਅਸੀਂ ਕਿਸ ਢੰਗ ਦਾ ਗੱਲ ਭੁਗਤੇ ਹਾਂ, ਕਿਸਾਨਾਂ ਦੇ ਨਾਲ ਸਾਡੀ ਜਿਹੜੀ ਇਕੁਏਸ਼ਨ ਹੈ ਕਿਸ ਕਿਸਮ ਦੀ ਬਣੀ ਆ। ਔਰ ਇਹ ਸਾਰਾ ਕੁਝ ਜਿਹੜਾ ਹੈ ਜੇ ਆਮ ਆਦਮੀ ਪਾਰਟੀ ਦਰਸਾਉਣ ਦੇ ਵਿੱਚ ਕਾਮਯਾਬ ਨਹੀਂ ਹੁੰਦੀ ਤੇ ਮੇਰੀ ਸਮਝ ਦੇ ਵਿੱਚ ਆਉਣ ਵਾਲੇ ਸਮੇਂ ਦੇ ਵਿੱਚ ਆਮ ਆਦਮੀ ਪਾਰਟੀ ਤੇ ਖਾਸ ਕਰਕੇ ਉਹਨਾਂ ਦੇ ਮੁਖੀ ਪੰਜਾਬ ਦੇ ਜਿਹੜੇ ਮੁੱਖ ਮੰਤਰੀ ਪੰਜਾਬ ਨੇ ਉਹਨਾਂ ਨੂੰ ਇਹਦਾ ਖਮਿਆਜ਼ਾ ਜਿਹੜਾ ਹੈ ਭੁਗਤਣਾ ਪਏਗਾ, ਉਹਨੂੰ ਹਾਈਕਮਾਂਡ ਅੱਗੇ ਵੀ ਜਵਾਬਦੇਹ ਹੋਣਾ ਪਏਗਾ ਤੇ ਇਸਦੇ ਨਾਲ ਨਾਲ ਲੋਕਾਂ ਦੇ ਉੱਤੇ ਵੀ ਉਹਨਾਂ ਨੂੰ ਜਵਾਬਦੇਹ ਹੋਣਾ ਪਏਗਾ। ਪਦ ਵਿੱਚ ਇਹ ਸਾਰਾ ਕੁਛ ਦੱਸਿਆ ਹੈ ਕਿ ਖਾਸ ਤੌਰ ਤੇ ਸੁਰਜੀਤ ਕੌਰ ਨੂੰ ਲੈ ਕੇ ਅਕਾਲੀ ਦਲ ਤੇ ਬਾਗੀਆਂ ਦੇ ਵਿਚਾਲੇ ਜਿਹੜਾ ਇੱਕ ਕਸ਼ਮਕਸ਼ ਚੱਲ ਰਹੀ ਹੈ, ਉਸਦਾ ਅਰਥ ਇਹੀ ਹੈ ਕਿ ਉਹ ਇੱਕ ਸਤਿਕਾਰਯੋਗ ਜਗ੍ਹਾ ਚਾਹੁੰਦੇ ਨੇ, ਉਹਦੇ ਵਿੱਚ ਬਾਗੀ ਇਹ ਚਾਹੁੰਦੇ ਨੇ ਕਿ ਕਿਵੇਂ ਨਾ ਕਿਵੇਂ ਅਸੀਂ ਸੁਖਬੀਰ ਸਿੰਘ ਬਾਦਲ ਨੂੰ ਸ਼ੀਸ਼ਾ ਦਿਖਾ ਸਕੀਏ ਕਿ ਉਹ ਵੀ ਕਿਸੇ ਕੁਛ ਕਰਨ ਦੇ ਸਮਰੱਥ ਨੇ। ਤੇ ਦੂਜੇ ਪਾਸੇ ਅਸੀਂ ਦੇਖ ਰਹੇ ਹਾਂ ਕਿ ਭਗਵੰਤ ਮਾਨ ਕੋਈ ਵੀ ਕਸਰ ਨਹੀਂ ਛੱਡ ਰਹੇ ਕਿ ਕਿਵੇਂ ਨਾ ਕਿਵੇਂ ਆਮ ਆਦਮੀ ਪਾਰਟੀ ਇੱਥੋਂ ਜਿੱਤ ਜਾਵੇ। ਜੇ ਨਹੀਂ ਜਿੱਤਦੇ ਤਾਂ ਇਸਦਾ ਖਮਿਆਜ਼ਾ ਮੁੱਖ ਮੰਤਰੀ ਨੂੰ ਭੁਗਤਣਾ ਪੈ ਸਕਦਾ ਤੇ ਆਮ ਆਦਮੀ ਪਾਰਟੀ ਉੱਤੇ ਵੀ ਇਸਦਾ ਅਸਰ ਪਊਗਾ। ਆਉਣ ਵਾਲੀਆਂ ਜਿਹੜੀਆਂ ਚਾਰ ਜ਼ਿਮਨੀ ਚੋਣਾਂ ਨੇ ਉਸ ਦੇ ਉੱਤੇ ਵੀ ਇਸਦਾ ਅਸਰ ਪਊਗਾ। ਰਾਹੀ ਸਾਹਿਬ ਤੁਹਾਡਾ ਬਹੁਤ ਬਹੁਤ ਧੰਨਵਾਦ, ਸ਼ੁਕਰੀਆ। ਸੁਦਰਸ਼ਕੋ, ਤੁਸੀਂ ਇੰਟਰਵਿਊ ਦੇਖੀ ਜਿੱਥੇ ਗੁਰਮੀਤ ਸਿੰਘ ਪਲਾਹੀ ਉਹਨਾਂ ਨੇ ਦੱਸਿਆ ਕਿ ਇਸ ਸਮੇਂ ਜਲੰਧਰ ਦੀ ਚੋਣ ਸਾਰੀਆਂ ਸਿਆਸੀ ਪਾਰਟੀਆਂ ਵਾਸਤੇ ਕਿਉਂ ਮਹੱਤਵਪੂਰਨ ਹੈ ਅਤੇ ਆਉਣ ਵਾਲੇ ਸਮੇਂ ਦੇ ਵਿੱਚ ਪਾਰਟੀਆਂ ਕਿਸ ਤਰੀਕੇ ਦੇ ਨਾਲ ਆਪਣੀ ਰਣਨੀਤੀ ਬਣਾਉਂਦੀਆਂ ਨੇ ਅਤੇ ਲੋਕ ਉਹਨਾਂ ਨੂੰ ਕਿਸ ਤਰ੍ਹਾਂ ਹੁੰਗਾਰਾ ਦਿੰਦੇ ਨੇ ਉਹ 10 ਤਰੀਕ ਨੂੰ ਜਦੋਂ ਵੋਟਾਂ ਪੈਣਗੀਆਂ ਉਦੋਂ ਪਤਾ ਲੱਗੇਗਾ, 13 ਤਰੀਕ ਨੂੰ ਜਦੋਂ ਨਤੀਜੇ ਸਾਹਮਣੇ ਆਉਣਗੇ ਉਦੋਂ ਅਸਲ 'ਚ ਪਤਾ ਲੱਗੇਗਾ ਕਿ ਕਿਹੜੀ ਪਾਰਟੀ ਨੂੰ ਲੋਕਾਂ ਨੇ ਜਿਤਾਇਆ ਅਤੇ ਉਹਨਾਂ ਨੂੰ ਮਾਣ ਸਨਮਾਨ ਦਿੱਤਾ। ਸੋ ਦਰਸ਼ਕੋ, ਇਹ ਸੀ ਅੱਜ ਦੀ ਰਿਪੋਰਟ। ਕੱਲ੍ਹ ਨੂੰ ਫਿਰ ਨਵੀਂ ਰਿਪੋਰਟ ਲੈ ਕੇ ਹਾਜ਼ਰ ਹੋਵਾਂਗੇ। ਉਦੋਂ ਤੱਕ ਮੈਨੂੰ ਦਿਓ ਆਗਿਆ। ਸਤਿ ਸ਼੍ਰੀ ਅਕਾਲ।